अस्सलामु अलैकुम सत श्री अकाल लहिंदे ते चढ़दे पंजाब दी सांझ नूं लै के वीरो अज असीं पहुंचे हां चक नंबर 431 ईबी तहसील बुरेवाला जिला विहाड़ी 1947 दे उजाड़िया नूं लै के असीं अज जिन्हां बजुर्गों कोल पहुंचे हां बाबा खान मुहम्मद कश्मीरी जिन्हां दा पिछोकड़ वाला पिंड सी मद्दोगे तहसील मोगा ते जिला फिरोजपुर। आओ वीरो गलबात करते हैं अपा बाबा खान मुहम्मद होर नाल कि उन्होंने उत्थे की वेख्या और सारिया गल्लां करांगे अपा बाबा खान मुहम्मद होर नाल। सलाम अलैकुम। वालेकुम सलाम। अच्छा बाबा जी असि अज आए थोड़े को 1947 दे जो उजाड़े सी। अच्छा जी। वो तुसी वेखे अपनी अखा नाल? वेखिया सारा कुछ। सानू सारे तो पहला अपना नाम दसो। खान मुहम्मद। खान मुहम्मद। बलदीर बख्श। बलद ईद बख्श। ईद बख्श। कौम? कौम कश्मीरी। कौम कश्मीरी। जात खैरे। हुन आपा इत्थे केड़ी जगह च रह रहे हां? इत्थे 431 च। तहसील? तहसील व्याली। बूरा? बूरा है ना। जिला व्याली। हां जिला व्याली। ते उधर तुहाडा पिंड केड़ा सी? मद्दोके। मद्दोके। मद्दोके दे नाल ही दिखाणवाद। मद्दोके दी तहसील केड़ी सी? मोगा। जिला? फिरोजपुर। ते थाना? थाना मैना। स्टेशन जतवाल दा? स्टेशन तुहानूं जतवाल दा लगदा सी। हां। अच्छा जिहड़ा इह मद्दोके पिंड है, आहो, इहदे लागे लागे किहड़े पिंड सी? इस पासे दिखाणवाद सी, इधर पुत्तर सी, इधर दौदर सी, हां, इधर ढुड्डी के सी। अच्छा। मद्दो ढुड्डी के। इह तुहाडे लागे लागे पिंड सी? हां, दाले दाले सारे पिंड दे। इह जिहड़ा पिंड सी मद्दोके, आहो, ਇਹਦੇ 'ਚ ਮੁਸਲਮਾਨਾਂ ਦੀਆਂ ਕਿਹੜੀਆਂ ਬਿਆਦਰੀਆਂ ਸੀ? ਸਾਰੀਆਂ ਸੀ। ਮੋਚੀ ਵੀ ਸੀ, ਜਰਾਏ ਵੀ ਸੀ, ਤੇਲੀ ਵੀ ਸੀ, ਸਾਰੀਆਂ ਬਿਆਦਰੀਆਂ ਸੀ। ਸਾਰੀਆਂ ਬਿਆਦਰੀਆਂ ਸੀ? ਸਾਰੀਆਂ। ਜ਼ਮੀਨ ਵਾਲੇ ਵੀ ਮੁਸਲਮਾਨ ਸੀ? ਆਹੋ, ਗੁੱਜਰ ਵੀ, ਜਰਾਏ ਵੀ। ਜਰਾਏ ਦੀ ਵੀ ਜ਼ਮੀਨ ਸੀ, ਗੁੱਜਰਾਂ ਦੀ ਵੀ ਸੀ। ਅੱਛਾ ਅੱਛਾ। ਮੋਚੀਆਂ ਦੀ ਵੀ ਸੀ। ਮਸੀਤ ਹੈਗੀ ਸੀ ਪਿੰਡ 'ਚ? ਹਾਂ, ਮਸੀਤ ਹੈ ਸੀ ਪਿੰਡ 'ਚ। ਹਾਂ, ਮਸੀਤ ਪਿੰਡ 'ਚ ਸੀ, ਪਿੰਡ ਦੇ ਵਿੱਚ। ਅਤੇ ਫੱਤਾ ਫਕੀਰ ਹੁੰਦਾ ਸੀ, ਫੱਤੇ ਦਾ ਭਰਾ ਸੀ ਸੋਹਣਾ, ਸੋਹਣਾ ਤੇ ਫੱਤਾ ਦੋ ਭਰਾ ਸੀ। ਮਸੀਤ ਕਿੱਥੇ ਸੀ ਪਿੰਡ 'ਚ? ਇੱਧਰਲੇ ਪਾਸੇ ਸੀ, ਲਹਿੰਦੇ ਵਾਲੇ ਪਾਸੇ ਨੇ। ਲਹਿੰਦੇ ਵਾਲੇ ਪਾਸੇ ਨੇ। ਗੁਰਦੁਆਰਾ? ਗੁਰਦੁਆਰਾ ਚੜ੍ਹਦੇ ਵਾਲੇ ਪਾਸੇ। ਚੜ੍ਹਦੇ ਵਾਲੇ ਪਾਸੇ। ਹਾਂ। ਪਿੰਡ 'ਚ ਵਿਚਾਲੇ ਜਾਂ ਬਾਹਰ? ਬਾਹਰ ਹੀ ਸੀ। ਬਾਹਰ ਦੋ ਮਰਬੇ ਪਿੰਡ ਦੂਰ, ਪਿੰਡ ਤੋਂ ਦੂਰ ਦੋ ਮਰਬੇ ਗੁਰਦੁਆਰਾ। ਖੂਹ ਕਿੱਥੇ ਸੀ? ਖੂਹ ਜਿੱਥੋਂ ਪਾਣੀ ਭਰਦੇ ਸੀ? ਖੂਹ ਤਾਂ ਸੀਗਾ ਵਿਚਾਲੇ। ਵਿਚਾਲੇ? ਉਸੇ ਖੂਹ ਤੋਂ ਸਿੱਖ ਭਰਦੇ ਸੀ ਤੇ ਉੱਥੋਂ ਹੀ ਮੁਸਲਮਾਨ? ਇਕੱਠਾ ਹੀ ਸੀ? ਹਾਂ, ਇਕੱਠੇ ਹੀ ਭਰਦੇ ਸੀ। ਨਹੀਂ ਤਾਂ ਅੱਡੋ ਅੱਡੀ ਲਾਏ ਹੋਏ ਸੀ ਖੂਹ, ਆਪੋ ਆਪਣੇ। ਆਪੋ ਆਪਣੇ ਵੀ ਹੈਗੇ ਸੀ? ਆਪੋ ਆਪਣੀਆਂ ਜ਼ਮੀਨਾਂ 'ਚ ਵੀ ਸੀਗਾ ਯਾਰ, ਜਰਾਇਆਂ ਦਾ ਵੀ ਕਿਉਂ ਸੀ, ਮੋਚੀਆਂ ਦਾ ਵੀ ਸੀਗਾ ਖੂਹ। ਅੱਛਾ ਅੱਛਾ। ਖੂਹ ਮੋਚੀਆਂ ਦਾ ਵੀ ਖੂਹ ਤੇ ਜਰਾਇਆਂ ਦਾ ਵੀ ਖੂਹ। ਅੱਛਾ ਬਾਬਾ ਜੀ, ਬਾਹਮਣਾਂ ਦਾ ਵੀ ਖੂਹ। ਜਿਵੇਂ ਪੱਤੀਆਂ ਹੁੰਦੀਆਂ, ਤੁਹਾਡੇ ਪੱਤੀਆਂ ਵੀ ਆਇਆ ਸੀ ਪਿੰਡ 'ਚ? ਪੱਤੀਆਂ ਕਾਹਦੀਆਂ? ਵੀ ਆਹ ਫਲਾਣੇ ਨੰਬਰਦਾਰ ਵਾਲੀ ਪੱਤੀ ਹੈ, ਇਸ ਨੰਬਰਦਾਰ ਵਾਲੀ ਪੱਤੀ। ਆਹੋ, ਪੱਤਾ ਦੋ ਸੀ ਨੰਬਰਦਾਰ, ਹੁਣ ਮੈਨੂੰ ਇੱਕ ਦਾ ਤਾਂ ਨਾਮ ਨਹੀਂ ਆਉਂਦਾ। ਇੱਕ ਦਾ ਨਾਂ ਕੀ ਸੀ? ਇੱਕ ਦਾ ਨਾਮ ਮਲੂਕਾ ਸੀ। ਮਲੂਕਾ? ਮਲੂਕਾ। ਉਹ ਤੁਹਾਡੇ ਪਿੰਡ ਦਾ ਨੰਬਰਦਾਰ ਸੀ? ਹਾਂ। ਅੱਛਾ। ਤੇ ਹੋਰ? ਤੇ ਸਿੱਖ ਤੁਹਾਡੇ ਗੁਆਂਢੀ ਨਹੀਂ ਹੈਗਾ ਕੋਈ? ਨਹੀਂ, ਸਿੱਖ ਸਾਡੇ ਗੁਆਂਢੀ ਪਾਸੇ ਆਸੇ ਸੀਗੇ। ਅੱਛਾ ਅੱਛਾ। ਹਾਂ, ਇੱਧਰ ਸੁਨਿਆਰੇ ਸੀ। ਹੁਣ ਸਾਨੂੰ ਇਹ ਦੱਸਿਓ, ਕੋਈ ਸਿੱਖਾਂ ਦੇ ਨਾਂ ਯਾਦ ਹੈ ਤੈਨੂੰ? ਉਹ ਪਿੰਡ ਵਾਲਿਆਂ ਦੇ? ਉਹ ਪਿੰਡ ਵਾਲਿਆਂ ਦੇ ਕਿਹੜੇ ਨਾਂ ਤੈਨੂੰ ਦੱਸਾਂ? ਇੱਕ ਬਿਸ਼ਨਾ ਬਿਸ਼ਨਾ ਸੀ, ਬਿਸ਼ਨਾ ਬਿਸ਼ਨਾ ਧੌਂਕਲਕਾ। ਧੌਂਕਲਕਾ? ਹਾਂ। ਅੱਛਾ। ਉਹ ਕਿਸੇ ਦਾ ਕੋਈ ਕਰਦਾ ਸੀ ਬੁਰਾ। ਹਾਂ। ਤੇ ਉਹਨੇ ਨਾ ਉਹਨੇ ਉਹਦਾ ਉਸ ਬੰਦੇ ਨੂੰ ਮਾਰਤਾ ਸੀ। ਅੱਛਾ। ਇੱਕ ਸਾਡੇ ਨਾਲ ਸੀ ਦਿਖਾਉਣ ਵੱਧ, ਉੱਥੋਂ ਦਾ ਸੀਗਾ ਜੱਟ ਕੁਛ, ਉਹਦਾ ਹੁਣ ਮੈਨੂੰ ਨਾਂ ਨਹੀਂ ਆਉਂਦਾ। ਉਹਨੂੰ ਅਸੀਂ ਮਿਲਣ ਗਏ ਸੀ, ਉਹ ਕਿਤੇ ਨਾ ਜਦੋਂ ਉਹ ਸ਼ਹੀਦ ਕਰਨ ਲੱਗੇ ਨਾ, ਸ਼ਹੀਦ ਨਹੀਂ ਕਿਸੇ ਦਾ ਕੋਈ ਬੁਰਾ ਕਰਦਾ, ਜੇ ਉਹਨੂੰ ਮਾਰਤਾ ਅਤੇ ਉਹ ਨਾ ਚਲੇ ਗਏ। ਅਤੇ ਉਹ ਮਾਲਣੇ ਦਾ ਯਾਰ ਸੀ, ਨਾਜਰ ਨਾਜਰ ਭਗਤੂ ਦਾ ਪੁੱਤ। ਮਲ? ਹਾਂ, ਮਲ ਤੇਰਾ ਯਾਰ ਸੀ ਉਹ? ਹਾਂ। ਉਹਦੇ ਪਿਓ ਦਾ ਨਾਂ ਕੀ ਸੀ? ਭਗਤੂ। ਭਗਤੂ? ਭਗਤੂ ਦਾ ਨਾਜਰ ਤੇ ਸੁਦਾਗਰ। ਅੱਛਾ। ਉਹ ਨਾਜਰ ਘੁਲਦਾ ਸੀ। ਹਾਂ।
ਉਹਨੂੰ ਫਿਰ ਅਸੀਂ ਪੁੱਛਿਆ ਜਾ ਕੇ ਦਿਖਾਉਣ ਵਾਸਤੇ ਸੀ। ਉਹ ਆਂਦਾ ਵੀ ਕਿਸੇ ਦਾ ਕਰਦਾ ਸੀ ਕੋਈ ਬੁਰਾ, ਉਹ ਨਾ ਮੈਂ ਉਹਨੂੰ ਮਾਰਤਾ ਤੇ ਤਿਆਰੀ ਹੋ ਗਿਆ। ਰਾਈਫਲ ਮੇਰੇ ਕੋਲ ਸੀ, ਜਿਹੜਾ ਸੁਨਿਆਰਾ ਹੋਣਾ ਉਹਨੂੰ ਆਖਣਾ ਜਿਹੜਾ ਸੋਨਾ ਚਾਂਦੀ ਇੱਥੇ ਰੱਖ ਦੇ, ਸਮਝ ਆਉਂਦੀ? ਤੇ ਜਿਹੜਾ ਸੀਗਾ ਕਰਾਰ ਉਹਨੂੰ ਆਖਣਾ ਜਿਹੜਾ ਤੇਰੇ ਕੋਲ ਪੈਸੇ ਆ ਨਾ ਇੱਥੇ ਰੱਖ ਦੇ, ਨਹੀਂ ਮੈਂ ਮਾਰ ਦੂੰ। ਉਹ ਮਗਰੀ ਲਾਈ ਫਿਰੇ, ਬੁੱਚਰ ਖਾਨੇ ਹੁੰਦੇ ਸੀ ਮਨਜ਼ੂਰ ਸ਼ੁਦਾ, ਮੁਸਲਮਾਨ ਬੈਠੇ ਚਾਰ, ਪਲੰਘ ਡੱਠੇ ਚਾਰ, ਡਾਂਗਾਂ ਕੋਲ ਵਿਚਾਰੇ ਐਡਾ ਹੁੱਕਾ 20 ਸ਼ੇਰ ਦਾ। ਉਹ ਆਖਣ ਲੱਗਾ ਮੀਆਂ ਜੀ ਸਾਹਿਬ ਸਲਾਮ, ਉਹ ਆਂਦੇ ਸਰਦਾਰ ਸਲਾਮ ਸਾਹਿਬ ਨੂੰ ਸਲਾਮ। ਆਖਣ ਲੱਗਾ ਵੀ ਇਹਨਾਂ ਵਿਚਾਰਿਆਂ ਨੂੰ ਕਿਉਂ ਭੁੱਖਾ ਮਾਰਦੇ ਆ? ਉਹ ਆਉਂਦਾ ਵੀ ਅਸੀਂ ਤਾਂ ਰੋਜ਼ੀ ਦਾ ਪਾਣੀ ਕੱਢਦੇ ਹਾਂ। ਉਹਨੇ ਜਦੋਂ ਅਸੀਂ ਕਹਿੰਦਾ ਸੋਨਾ ਚਾਂਦੀ ਸਭ ਕੁਝ ਮਗਰੀ ਸਿਰ 'ਤੇ ਆਉਂਦਾ, ਆਹ ਲੈ ਉਹ ਮੈਂ ਇਹਨਾਂ ਨੂੰ ਕਰਾਉਣਾ ਆਜ਼ਾਦ, ਸਮਝ ਆਉਂਦੀ? ਮੈਂ ਇਹਨਾਂ ਨੂੰ ਕਰਾਉਣਾ ਆਜ਼ਾਦ। ਮੈਂ ਇੱਥੇ ਬੈਠਾ, ਤੁਸੀਂ ਦੂਜੇ ਪਿੰਡ ਦੀ ਜੂਹ 'ਚ ਛੱਡ ਕੇ ਆ ਜਾਏ। ਉਹ ਦੂਜੇ ਪਿੰਡ ਦੀ ਜੂਹ 'ਚ ਛੱਡ ਕੇ ਆ ਗਏ। ਜਦੋਂ ਫੜਿਆ ਗਿਆ ਉਹਨੂੰ ਫਿਰ ਨਾ ਉਹਦੀਆਂ ਉਹ ਉਹਨੂੰ ਫਿਰ ਪੁੱਛਿਆ ਬੰਦਿਆਂ ਨੇ ਵੀ ਸਾਨੂੰ ਦੱਸ ਤੈਨੂੰ ਬਚਾਇਆ ਕਿਹੜੀ ਸ਼ਾਇਦ ਨੇ? ਉਹ ਆਉਂਦਾ ਵੀ ਪਹਿਲਾਂ ਜਦੋਂ ਮੇਰੀਆਂ ਮੁਸ਼ਕਾਂ ਵਧੀਆਂ ਪਿਛਾਂ ਉਦੋਂ ਦਾ ਹੀ ਪਤਾ, ਜਦੋਂ ਮੇਰੀਆਂ ਅੱਖਾਂ ਵਧੀਆਂ ਉਦੋਂ ਦਾ ਹੀ ਪਤਾ, ਜਦੋਂ ਮੇਰੇ ਸਿਰ 'ਤੇ ਟੋਪਾ ਦਿੱਤਾ ਉਦੋਂ ਦਾ ਹੀ ਪਤਾ, ਜਦੋਂ ਖੂਹ ਵਾਲੇ ਫੱਟੇ ਪਹਿਲੇ 'ਤੇ ਚੜਾਇਆ ਉਦੋਂ ਦਾ ਹੀ ਪਤਾ, ਜਦੋਂ ਫੱਟਾ ਖਿੱਚਿਆ ਨਾ ਫਾਂਸੀ ਲਾਇਆ ਨਾ ਉਹਨੂੰ ਉਹਦਾ ਵੀ ਪਤਾ। ਮੈਨੂੰ ਕੋਈ ਸ਼ੈ ਨਹੀਂ ਸੀ ਜਿਸਦੀ, ਜਿਹੜੇ ਪਸ਼ੂ ਮੈਂ ਆਜ਼ਾਦ ਕਰਾਏ ਸੀ ਨਾ ਉਹ ਭੱਜੇ ਫਿਰਦੇ ਇੱਕ ਦੂਜੇ ਤੋਂ ਖੋ ਖੋ ਕੇ ਨਾ ਬਾਹ ਕਰੀ ਗਏ। ਜਦੋਂ ਬਾਹ ਮੈਨੂੰ ਫਾਂਸੀ ਦਾ ਜਿੰਨਾ ਟਾਈਮ ਲਿਖਿਆ ਸੀ ਅੰਗਰੇਜ਼ ਨੇ ਲਾਇਆ, ਅਤੇ ਉਹ ਜਿਹੜੇ ਲੋਕ ਨਾ ਦੁਨੀਆ ਕੰਨ ਫੜੀ ਬੈਠੇ ਵੇ, ਇਹਦੇ ਤਾਂ ਤੰਦੀ ਦੀ ਚੀਕ ਨਹੀਂ ਪਈ, ਹੇਠਾਂ ਬਜਰ ਵੀ ਬੰਨਦੇ ਸੀ ਹੈਂ ਕੰਨ ਫੜੀ ਬੈਠੇ। ਉਹਨੂੰ ਅਸੀਂ ਮਿਲਣ ਗਏ ਸੀ, ਉਹਨੂੰ ਫਿਰ ਦੱਸਿਆ ਉਹ ਮਾਲਕ ਖਾਣ ਵੱਧਦਾ ਸੀ, ਖਾਣ ਵੱਧਦਾ ਸੀ ਹੈਂ। ਉਹ ਫਿਰ ਆ ਕੇ ਉਹਨੇ ਇਹ ਦੱਸਿਓ ਹਾਂ, ਤੁਹਾਨੂੰ ਤੁਹਾਡੇ ਪਿੰਡ ਕਰਾੜ ਵੀ ਹੈਗੇ ਸੀ? ਹਾਂ। ਕੀ ਨਾਂ ਸੀ ਉਹਨਾਂ ਦੇ? ਦੁੰਨੀ ਕਰਾੜ ਹਾਂ, ਤੇ ਇੱਕ ਦਾ ਨਾਂ ਹੋਰ ਸੀ ਦੁੰਨੀ, ਤੇ ਦੁੰਨੀ ਕਰਾੜ ਤੇ ਇੱਕ ਦੁੰਨੀ ਦਾ ਭਰਾ ਸੀ ਉਹਦਾ, ਮੇਰਾ ਨਾਂ ਨਹੀਂ ਆਉਂਦਾ। ਮੇਲਾ ਲੱਗਦਾ ਸੀ ਕੋਈ ਨੇੜੇ? ਹਾਂ, ਮੇਲਾ ਕਿੱਥੇ ਲੱਗਦਾ? ਬੁੱਟਰ, ਬੁੱਟਰ ਲੱਗਦਾ ਸੀ, ਬੁੱਟਰ ਸੋਢੀ ਬੋਲਦੇ ਸੀ ਮੇਲਾ। ਅੱਛਾ ਅੱਛਾ, ਬੁੱਟਰ ਸੱਤ ਸੀਗਾ, ਤਿੰਨ ਕੋ ਚਾਰ ਵੇਖਣ ਜਾਂਦੇ ਰਹੇ ਮੇਲਾ? ਹਾਂ। ਫੁੱਲ ਤਾਂ ਪਵਾਇਆ ਨੀ ਤੁਸੀਂ? ਹਾਂ, ਫੁੱਲ ਤਾਂ ਪਵਾਇਆ ਨੀ, ਉੱਥੇ ਤਾਂ ਲੋਕ ਮੋਰ ਬਣਵਾ ਦਿੰਦੇ ਸੀ ਬੁੱਟਰ ਦਾ। ਨਹੀਂ ਨਹੀਂ ਨਹੀਂ, ਉੱਥੇ ਮੇਲਾ ਵੇਖਣ ਜਾਂਦੇ ਸੀ, ਵਿਸਾਖ ਨੂੰ ਵਿਸਾਖੀ ਲੱਗਦੀ ਸੀ ਨਾ ਬੁੱਟਰ। ਹੋਰ ਕਿਹਨੇ ਕਿਹਨੇ ਸੋਢੀ ਬਵਾਉਂਦੇ ਸੀ? ਹੋਰ ਕਿਹਨੇ ਕਿਹਨੇ ਸਿੱਖਾਂ ਦੇ ਨਾਂ ਯਾਦ ਹੈ ਤੁਹਾਨੂੰ? ਨਾ ਹੁਣ ਕਿਹੜੇ ਕਿਹੜਿਆਂ ਦੇ ਪਿੰਡ? ਕੋਈ ਤੇਰੇ ਤਲਕ ਵਾਲੇ ਜਿਹਨਾਂ ਨਾਲ ਭਰਾਪੀ ਹੁੰਦੀ ਹੈ? ਤਲਕ ਭਰਾਪੀ ਦਾ ਇਹਨਾਂ ਨਾਲ ਸੀ ਜੀ ਨਾਜਰ ਨਾ ਤੇ ਸਦਾਗਰ ਨਾ। ਇਹ ਤੁਹਾਡੇ ਪਿੰਡ ਦੇ ਸੀ? ਉਹ ਆਹੋ ਸਾਡੇ ਪੀਰ ਦੀ ਪੁੱਛ ਚੋ ਸੀ। ਅੱਛਾ ਹਾਂ, ਉਹਨਾਂ ਦਾ ਘਰ ਕਿੱਥੇ ਸੀ ਪਿੰਡ 'ਚ? ਉਹ ਪਿੰਡ ਦੇ ਵਿੱਚ ਸੀ ਪਾਸੇ ਤੇ ਹੀ। ਅੱਛਾ ਅੱਛਾ, ਹਾਂ ਢੁੱਡੀ ਕਿਆਂ ਦੇ ਪਾਸੇ? ਢੁੱਡੀ ਕਿਆਂ ਦੇ ਪਾਸੇ? ਹਾਂ, ਉਹ ਇੱਕ ਤਾਂ ਗਾਉਂਦਾ ਸੀ ਹਾਂ ਸਦਾਗਰ ਦਾ ਹਾਂ, ਤੇ ਉਹਨੂੰ ਫਿਰ ਇਨਾਮ ਦਿੰਦੇ ਸੀ ਹਾਂ ਭੇਡਾਂ ਬੱਕਰੀਆਂ 'ਚ ਲਾਉਂਦਾ ਬੱਕਰੀਆਂ। ਅੱਛਾ, ਹੁਣ ਸਾਨੂੰ ਇਹ ਜਿਹੜਾ ਨਾਜਰ ਸੀ ਉਹ ਘੁਲਦਾ ਸੀ? ਘੁਲਦਾ ਸੀ ਹਾਂ, ਉਹ ਸਾਡਾ ਮੁੰਡੇ ਫਿਰ ਘੁਲਣ ਵਾਲਿਆਂ ਦੇ ਕੋਲ ਰਹਿੰਦੇ ਮਰਲਾਂ ਦੇ ਹਾਂ, ਉੱਥੇ ਫਸਲਾਂ ਨੂੰ ਪਾਣੀ ਨਿਕਾ ਤਾਂ ਨਹਿਰ ਦਾ ਲਾਉਂਦੇ ਸੀ? ਨਹਿਰ ਦਾ ਵੀ ਟੂਆ ਖੂਹਾਂ ਦਾ ਵੀ, ਖੂਹ ਤੇ ਨਹਿਰ ਦਾ ਤੇ ਖੂਹਾਂ ਦਾ ਬਸ। ਅੱਛਾ, ਤੇ ਫਿਰ ਸਿੱਖਾਂ ਦਾ ਵੀ ਖੂਹ ਹੈ ਸੀ? ਹਾਂ। ਕਿਹਨਾਂ ਕਿਹਨਾਂ ਦਾ ਸੀ? ਉਹ ਜਲਾਇਆਂ ਦਾ ਖੂਹ ਦਾ ਸੀਗਾ ਇਹਨਾਂ ਦਾ, ਢੁੱਡੀ ਵਾਲੇ ਰਾਹ ਤੇ। ਨਹੀਂ, ਸਿੱਖਾਂ ਦਾ ਕਿਹਨਾਂ ਕਿਹਨਾਂ ਦਾ ਖੂਹ ਸੀ? ਉਹ ਸਿੱਖਾਂ ਦਾ, ਬਾਹਮਣਾਂ ਦਾ, ਕਰਾੜਾਂ ਦਾ, ਕਈਆਂ ਦੇ ਸੀਗੇ ਤਿੰਨ ਚਾਰ ਖੂਹ, ਧਮਕੜ ਕੇ ਸਰਾਵਾਂ ਦਾ, ਬਾਹਮਣਾਂ ਦਾ ਤੇ ਗੁੱਜਰਾਂ ਦਾ ਵੀ ਸੀਗਾ, ਤੇ ਜਲਾਇਆਂ ਦਾ, ਢੁੱਡੀ ਵਾਲੇ ਰਾਹ ਤੇ ਸੀ ਇਹਨਾਂ ਦਾ, ਇਹਨਾਂ ਦੇ ਦਾਦਿਆਂ ਦਾ। ਅੱਛਾ, ਹੁਣ ਸਾਨੂੰ ਇਹ ਦੱਸਿਓ ਵੀ ਜਦੋਂ ਤੁਸੀਂ ਪਿੰਡੋਂ ਨਿਕਲੇ ਹੋ, ਤੁਹਾਡੇ ਪਿੰਡ ਮੁਸਲਮਾਨ ਸ਼ਹੀਦ ਹੋਏ? ਹਾਂ। ਕਿੰਨੇ ਕੁ? ਸਾਰੇ, ਸਾਰਾ ਪਿੰਡ ਹੀ? ਉਹ ਗੱਲ ਸੁਣਾਓ ਸਾਨੂੰ, ਕਿਵੇਂ ਉਹ ਸ਼ਹੀਦ ਹੋਏ ਤੁਹਾਡੇ ਪਿੰਡ ਮੁਸਲਮਾਨ? ਉਹ ਜਦੋਂ ਸ਼ਾਮ ਨੂੰ ਸੱਦਿਆ ਨਾ, ਕਿਹਨੇ ਸੱਦਿਆ? ਧਰਮ ਸਾਰਾ ਹਿੰਦੂਆਂ ਨੇ। ਅੱਛਾ, ਵੀ ਤੁਸੀਂ ਵੀ ਆਪਦਾ ਆਸਰਾ ਇੱਥੇ ਰੱਖੋ ਤੇ ਸਾਡਾ ਵੀ ਇੱਥੇ ਰੱਖੋ। ਹਾਂ ਹਾਂ, ਆਪਾਂ ਲੜਾਂਗੇ ਤਾਂ ਫਿਰ ਬੁਰਾ ਹੋਊਗਾ। ਉਹ ਆਸਰਾ ਉੱਥੇ ਇਕੱਠਾ ਹੋ ਗਿਆ, ਆਖਣ ਲੱਗੇ ਜਾਂ ਸਾਡੇ ਨਾਲ ਰਲ ਜਾਓ ਤੇ ਜਾਂ ਫਿਰ ਚਲੇ ਜਾਓ, ਜਾਂ ਤੁਸੀਂ ਵੀ ਹਿੰਦੂ ਹੋ ਜਾਓ। ਉਹ ਜਿਹੜਾ ਸੀ ਨਾ ਇਹਨਾਂ ਦਾ ਦਾਦਾ ਸੂਬਾ, ਤੇ ਇੱਕ ਸੀਗਾ ਫੱਤਾ ਫਕੀਰ, ਇੱਕ ਬਲਾਕੀ ਘਨਿਆਰ, ਤੇ ਇੱਕ ਸੀਗਾ ਸੋਹਣਾ 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 ਗੁੱਜਰ। ਅੱਛਾ, ਉਹਨਾਂ ਨੇ ਚਾਹੁੰਦੇ ਆਏ ਹੱਥ ਖੜੇ ਕੀਤੇ।
ਅਸੀਂ ਤਾਂ ਤੁਹਾਡੇ ਨਾਲ ਨਹੀਂ ਰਲਣਾ, ਅਸੀਂ ਤਾਂ ਜਾਣਾ। ਉਹਨਾਂ ਨੂੰ ਚੌਹਾਂ ਨੂੰ ਨਾ ਸਾਡੇ ਤੇ ਦਿਖਾਉਣ ਵਾਸਤੇ ਰਾਹ ਦੇ ਵਿੱਚ ਨਾ ਸੰਨ ਦੇ ਵਿੱਚ ਸੂਆ ਸੀ, ਉਦੋਂ ਹੀ ਉਹਨਾਂ ਨੂੰ ਚੌਹਾਂ ਨੂੰ ਸ਼ਹੀਦ ਕਰਕੇ ਉੱਥੇ ਸਿੱਟਿਆ। ਉਹ ਬੰਦੇ ਪਿੰਡ ਦੇ ਸੀ ਜਿਨ੍ਹਾਂ ਨੇ ਸ਼ਹੀਦ ਕੀਤਾ? ਹਾਂ ਪਿੰਡ ਦੇ। ਉਹ ਕੌਣ ਸੀ? ਖੋਲ ਲੱਗ ਗਏ ਕੁੜੀਆਂ ਮੁੰਡੇ ਜੀਆਂ ਨੂੰ। ਉਥੋਂ ਜਦੋਂ ਮੁੜ ਕੇ ਆਏ ਢੁੱਡੀ ਕਹਿੰਦੀ ਜੂਹ ਤੇ, ਉਥੇ ਜਿਹੜਾ ਬੈਠੋ ਵੱਡਾ ਸੀਗਾ ਉਹ ਤਾਂ ਚਲਿਆ ਗਿਆ ਢੁੱਡੀ ਸੀ, ਉਹਦਾ ਉਸਤਾਦ ਸੀ ਭਲੱਥਾ ਖੇਡਦਾ, ਤੇ ਜਿਹੜਾ ਮੇਰੇ ਨਾਲ ਆਇਆ ਸੀ ਉਥੋਂ ਭੱਜੇ ਜਦੋਂ ਤੇ ਉਹ ਚੜ ਗਿਆ ਸਾਡੇ ਕੋਠੇ ਤੇ। ਉਹ ਜਨਕਾ ਬਾਹਮਣ ਸੀਗਾ, ਉਹ ਮੇਰਾ ਯਾਰ ਸੀ ਤੇ ਮੱਲ ਦਾ ਵੀ, ਉਹ ਉਹਦੇ ਤੇ ਉੱਥੋਂ ਜਦੋਂ ਨਾ ਸਾਡੇ ਸੀਗਾ ਨੌ ਮਰੱਬੇ ਖੁੰਡਾ ਵੱਜਦਾ ਹੈ ਖੁੰਡਾ, ਉੱਥੇ ਅਸੀਂ ਆ ਕੇ ਬਹਿ ਗਏ ਨਾ, ਪੰਜ ਛੇ ਬੰਦੇ ਸੀ ਸੱਤ, ਤੇ ਆਲਮ ਵੀ ਮੇਰੇ ਨਾਲ ਸੀ ਤੇ ਹੋਰ ਵੀ ਸੀਗੇ ਕਈ, ਤੇ ਉੱਥੇ ਬਹਿ ਗਏ। ਉੱਥੇ ਸਾਡੇ ਮਗਰੇ ਆ ਗਏ, ਉਦੋਂ ਸਾਡੇ ਯਾਦ ਕੋਈ ਗੱਲ ਨਹੀਂ ਸੀ, ਯਾ ਅੱਲਾ ਯਾ ਨਬੀ ਯਾਰੀ ਮਦਦ ਯਾਰੀ ਮਦਦ। ਉਹ ਸੀਗੇ ਨੌ ਮਰੱਬੇ ਜੰਗਲ, ਉੱਥੇ ਆ ਕੇ ਬਹਿ ਗਏ ਨਾ, ਉਹਨਾਂ ਨੇ ਕਿੱਕਰ ਤੇ ਚੜੇ ਦੇਖੇ, ਉਹਨਾਂ ਨੇ ਕਿਹਾ ਵੀ ਮੁਸਲਮਾਨ ਬਾਹਰ ਨਿਕਲੋ, ਤੁਹਾਡੇ ਸਾਡੇ ਸਾਹਮਣੇ ਖਲਾਸ ਤੇ ਅਸੀਂ ਤੁਹਾਨੂੰ ਕੁਛ ਨਹੀਂ ਆਉਂਦੇ, ਬਾਹਰ ਨਿਕਲਿਆ। ਕਿੰਨੇ ਕੁ ਮੁਸਲਮਾਨ ਸੀ ਉੱਥੇ? ਉਹ ਅਸੀਂ ਚਾਰ ਪੰਜ ਛੇ ਸੱਤ ਬੰਦੇ ਸੀ ਯਾਰ, ਬਸ ਹਾਂ, ਉੱਥੋਂ ਜਿਹੜੇ ਭੱਜੇ ਸੀ ਜਿੱਤ ਵਾਲੋਂ, ਦੂਜੇ ਆ ਕੇ ਢੁੱਡੀ ਕਹਿੰਦੀ ਤੇ ਮਦੋ ਕਹਿੰਦੀ ਜੂਹ 'ਚ, ਉੱਥੇ ਸ਼ਹੀਦ ਕਰਦੇ ਬਸ ਸਾਰੇ ਸ਼ਹੀਦ ਕਰਕੇ, ਤੇ ਰਾਹ ਦੇ ਨਾਲ ਹੁੰਦਾ ਬੰਨ ਆ ਲੱਕ ਜਿੱਦਾਂ, ਉਧਰੋਂ ਮਿੱਟੀ ਪੱਟ ਪੱਟ ਕੇ ਇੱਧਰ ਸਿੱਟੀ ਗਏ, ਉੱਥੇ ਖਿੱਚ ਖਿੱਚ ਕੇ ਸਾਰੇ ਉੱਥੇ ਸਿਰ ਤੇ ਸ਼ਹੀਦ ਵਿੱਚ ਤੇ ਉੱਥੇ ਮਿੱਟੀ ਪਾ ਦੀ ਢੁੱਡੀ ਕੇ ਤੇ ਮਦੋ ਕੇ ਰਾਹ ਤੇ ਸਾਰੇ। ਆਹੋ ਅੱਛਾ, ਸਾਡੀ ਹੱਦ ਆ ਜਿੱਥੇ ਸੀ। ਉਸ ਵੇਲੇ ਤੁਸੀਂ ਕਿੱਥੇ ਸੀ ਫਿਰ? ਓਏ ਅਸੀਂ ਤਾਂ ਉਦੋਂ ਉੱਥੇ ਸੀ ਉਹ ਖੁੰਡੇ 'ਚ। ਅੱਛਾ, ਤੁਸੀਂ ਪਹਿਲਾਂ ਹੀ ਨਿਕਲੇ? ਅਸੀਂ ਉੱਥੋਂ ਭੱਜੇ ਸੀ ਜਦ ਬਾਅਦ ਛੇ ਸੱਤ ਮੁੰਡੇ। ਅੱਛਾ, ਉੱਥੋਂ ਫਿਰ ਜਿਹੜਾ ਨਾ ਉਹ ਆਖਣ ਲੱਗੇ ਨਾ ਸਾਨੂੰ ਤਰਾਸ਼ੀ ਨਾ ਤੁਹਾਡੇ ਕੋਲ ਅਸਲਾ ਤੇ ਨਾ ਤੁਹਾਡੇ ਕੋਲ ਕੋਈ ਪੈਸਾ, ਤੁਹਾਨੂੰ ਅਸੀਂ ਇਹ ਮੱਤ ਦਿੰਦੇ ਹਾਂ ਜੇ ਤੁਹਾਨੂੰ ਮਾਰ ਦਿਆਂਗੇ ਤਾਂ ਕੀ ਹੈ, ਸਾਨੂੰ ਕੀ ਲੱਭਣਾ ਵੀ ਜਾਇਆ ਜੇ ਉਸ ਬੰਦੇ ਕੋਲ ਜਿਸ ਬੰਦੇ ਦੀ ਹਜ਼ਾਦੀ ਤੋਂ ਪਿੱਛੇ ਤੁਹਾਨੂੰ ਜਵਾਬ ਪਹੁੰਚੇ। ਉੱਥੇ ਆ ਕੇ ਤੇ ਅਸੀਂ ਨਾ ਕਮਾਲ ਸੀ, ਪਿੰਡ ਦੇ ਨਾਲ ਹੀ ਸਿਰੇ ਸੀ, ਨਾਲ ਹੀ ਸਕੂਲ ਸੀ, ਨਾਲ ਹੀ ਛੱਪੜ ਸੀ, ਉੱਥੇ ਬਹਿ ਗਏ। ਉਹ ਤੁਹਾਡੇ ਪਿੰਡ 'ਚ? ਆ ਸਾਡੇ ਪਿੰਡ ਦੇ ਨਾਲ ਹੀ ਉੱਥੇ ਬਹਿ ਗਏ। ਉੱਥੋਂ ਜਦੋਂ ਨਿਕਲੇ ਨਾ ਉਹ ਮੁੰਡਾ ਇੱਕ ਬਾਹਮਣਾ ਦਾ ਜਨਕਾ ਜਨਕਾ ਅਤੇ ਇੱਕ ਜੱਟਾਂ ਦਾ ਲੰਬਰਦਾਰ ਦਾ ਮੁੰਡਾ ਅਤੇ ਇੱਕ ਜੱਟਾਂ ਦਾ ਲੱਸੀ ਪੀਵਿਆਂ ਦਾ ਜੀਤ ਜੀਤ, ਉਹ ਆਉਂਦੇ ਵੀ ਅੱਜ ਆਪਾਂ ਨੂੰ ਮੱਲ ਮਾਰੂਗਾ ਵੀ ਉਹ ਤਿੰਨੇ ਵਿੱਚ ਕੋਈ ਨਹੀਂ ਭਰਾ ਹੈ, ਅਤੇ ਆਪਾਂ ਆਉਂਦੇ ਹਾਂ ਵੀ ਅਸੀਂ ਜਰਾਇਆਂ ਵਾਲੇ ਖੂਹ ਦੇ ਵੀ ਗਏ, ਮੋਚੀਆਂ ਵਾਲੇ ਵੀ ਗਏ, ਬਾਹਮਣਾਂ ਵਾਲੇ ਵੀ ਗਏ, ਗੁੱਜਰਾਂ ਵਾਲੇ ਵੀ ਗਏ, ਫਲਾਨੇ ਗਏ, ਆਪਾਂ ਨੂੰ ਮਾਰੂ। ਮੈਂ ਉਹਨਾਂ ਨੂੰ ਕਿਹਾ ਵੀ ਨਾ ਮੈਂ ਇਹਦੇ ਵਿੱਚ ਵੜਾਂ ਅਤੇ ਨਾ ਤੁਹਾਨੂੰ ਦੱਸਾਂ, ਹੈਂ ਤੁਹਾਡਾ ਨਾਂ ਲਵਾਂ ਵੀ ਉਹ ਬੈਠੇ ਆ। ਉਹ ਜਦੋਂ ਮੈਂ ਬਾਹਰ ਨਿਕਲਿਆ ਨਾ ਉਹ ਤਿੰਨੇ ਜਾਂਦੇ ਨਾ, ਬਾਹਮਣਾਂ ਦਾ ਮੁੰਡਾ ਵੀ ਅਤੇ ਉਹ ਜੱਟਾਂ ਦਾ ਅਤੇ ਲੱਸੀ ਪੀਣਿਆ ਜੱਟਾਂ ਦਾ ਵੀ ਅਤੇ ਉਹ ਲੰਬਰਦਾਰ ਦਾ ਮੁੰਡਾ ਸੀ, ਉਹ ਨਾ ਧਾਹਾਂ ਪਾ ਕੇ ਨਾ ਮੈਨੂੰ ਜੱਫਾ ਪਾ ਕੇ ਧਾਹਾਂ ਮਾਰ ਲਾ ਕੇ। ਉੱਧਰੋਂ ਆਉਂਦਾ ਸੀ ਉਹਦਾ ਮੱਲ ਦਾ ਬੇਲੀ ਇੱਕ ਹੈ ਨਾਜਰ ਦਾ, ਉਹ ਆਉਂਦਾ ਵੀ ਮੈਂ ਤੁਹਾਡੇ ਕੋਲ ਖਾਣ ਆ ਕੇ, ਆਹੋ ਆਖਣ ਲੱਗਾ ਵੀ ਮੈਂ ਮੋਚੀਆਂ ਦੇ ਮੁੰਡੇ ਨੂੰ ਕਮਰੂ ਨੂੰ ਪਾ ਕੇ ਆਇਆ ਗੁੱਜਰਾਂ ਵਾਲੇ ਮੈਰੇ ਮੱਕੀ 'ਚ, ਦਿਨ ਛਿਪੇ ਵਿਆਵਾਂਗਾ ਅਤੇ ਤੁਸੀਂ ਜਾ ਕੇ ਮੱਲ ਨੂੰ ਦੱਸ ਦਿਓ। ਉਹ ਜਦੋਂ ਉਹਨਾਂ ਨੇ ਮੱਲ ਨੂੰ ਜਾ ਕੇ ਦੱਸਿਆ ਵੀ ਆ ਗੀਰੋ ਵਾਲੇ ਕਮਾਲ 'ਚ ਬੈਠਾ ਛੱਪੜ ਦੇ ਨਾਲ, ਹੈਂ ਉਹ ਆਇਆ ਡੋਲਣੀ ਚਾਹ ਦੀ ਭਰੀ ਸੀ ਰੋਟੀਆਂ ਅਤੇ ਹੱਥ 'ਚ 8 ਫੁੱਟ ਦਾ ਬਰਛਾ ਅਤੇ ਉੱਤੇ ਕਾਲੀ ਨਕਾਰ ਰਹੀ ਹੋਈ। ਉਹਨੂੰ ਮੈਂ ਕਿਹਾ ਉਹਨੂੰ ਕਹਿਦਾ ਜੀ ਆ ਤੂੰ ਤੇ ਹੇਠਾਂ ਨਾ ਬਾਜ ਨੇ ਨਿੰਮ ਖੜੀ ਆ ਅਤੇ ਬੱਟ ਦੇ ਉੱਤੇ ਤੂੰ ਸੀ ਵੀ ਇੱਥੇ ਘੰਘੂਰਾ ਮਾਰੇ। ਉਹਨੇ ਜਦੋਂ ਘੰਘੂਰਾ ਮਾਰਿਆ ਨਾ ਮੈਂ ਕਿਹਾ ਇੱਥੇ ਆ ਜਾ ਆ ਗਿਆ, ਆਖਣ ਲੱਗਾ ਯਾਰ ਲੋਕਾਂ ਨੂੰ ਵੀ ਦੋ ਅਤੇ ਮੈਨੂੰ ਵੀ ਦੋ, ਮੈਂ ਗੱਲ ਸੁਣਦੇ ਨਹੀਂ ਦੋ ਨਹੀਂ। ਇਹ ਕੱਲ੍ਹ ਦਾ ਦਿਨ ਵੀ ਗਿਆ ਅਤੇ ਰਾਤ ਵੀ ਗਈ ਅਤੇ ਅੱਜ ਦਾ ਦਿਨ ਵੀ ਹੁਣ ਗਿਆ, ਦੋ ਦਿਨ ਅਤੇ ਇੱਕ ਰਾਤ ਇਹ ਨਹੀਂ ਇਹਨਾਂ ਦੇ ਲੰਘਣੀਆਂ। ਉਹ ਫਿਰ ਲੈ ਗਿਆ ਸਾਨੂੰ, ਉਹਨੇ ਜਾ ਕੇ ਨਾ ਚਾਦਰਾ ਰੱਖਤਾ ਵੀ ਮੈਂ ਦੇਣਾ ਤੁਹਾਨੂੰ ਬੰਦਾ ਇੱਕ ਹੈ ਅਤੇ ਜਿਹਦੀ ਹਜ਼ਾਦੀ ਤੋਂ ਪਿੱਛੇ ਜਵਾਬ ਪਹੁੰਚੇ ਨਾ ਉਹ ਉਹ ਹੱਥ ਰੱਖਿਆ ਜੀ, ਉਹਨਾਂ ਨੇ ਹੱਥ ਰੱਖਤੇ ਅਤੇ ਉਹ ਅੱਡੋ ਅੱਡੀ ਉਹਨੇ ਮੁੰਡੇ ਦੇ ਤੇ। ਉਹ ਜਦੋਂ ਹੋ ਗਏ ਨਾ 18 ਦਿਨ ਹੈ 18, ਉਦੋਂ ਜਿਹੜਾ ਨਾ ਆ 18 ਦਿਨ 18 ਦਿਨ ਹੋ ਗਏ ਨਾ ਜਦੋਂ ਅਤੇ ਆ ਗਈ ਪੁਲਿਸ
हो गया महीना उन्होंने फड़ लिया, फड़ के बजाए गए सिविया च, सिविया च बजा के मशीन गन बीड़ के गोलियां पा के भी आ बंदे थोड़े को समझे वहां महीना हो गया, 18 दिन हो गए थे, नहीं 18 दिन 18 दिन हो गए थे। उन्होंने जरा ना उन्होंने नाल लै गए थे, स्कूल से स्कूल के बच्चे ना नाल ही स्कूल से नाल ही फिरे से नाल ही छप्पड़ से नाल ही कमाल से गिर होता। उन्होंने ना उ जाके ना डोगरे से गोरखे से उन्होंने ना एक न सीट लैन पुट्ठा करके बह से एक इतने पैर रख दे कहीं एक इधर नारे से अड्डी तो रख के चोटी चाहे कुट कुट के ना सिर पर ने खड़े कर दे आने हूँ वो आने समझ आख्या भी फिर महीना हो गया उन्होंने तो गया उतो फिर जल लैके तुरे ना जल चक आए वो लंबरदार से मलूका मलूका वाला साहब मेरी एक घर जा के सुना आखन लगा भी इन्होंने हाथ फठाया कि साड़ी हिजाती तो पिछे जवाब पहुंचू आए फिर इन्होंने कोई भी उन्हें लिख के देता जज ने भी अज तो 6वें दिन 6 से 18 किन्ने हो गए 24 दिन ना 24 दिन 24 दिन पिछों असं कट्ठे हो गंदा सेवा है उतो फिर मोगे आ गए यार मोगे से पादरिया की कोठी उतो फिर उन्होंने फोन किया इधर जरा ना गंदा सेवा है ना जरा इत दो गड्डिया खड़िया तीन हिंदुआ दिया ਵੀ ਜੇ ਇੱਥੇ ਇਹਨਾਂ ਦਾ ਇੱਕ ਨੁਕਸਾਨ ਹੋ ਗਿਆ ਨਾ ਇੱਕ ਬੱਚੇ ਦਾ ਤੇ ਤਿੰਨੇ ਗੱਡੀਆਂ ਅਸੀਂ ਦਰਿਆ 'ਚ ਰੋੜ ਦੇਣੀਆਂ ਹਾਂ ਉੱਥੋਂ ਸਾਡੀ ਜਦੋਂ ਗੱਡੀ ਭਰੀ ਨਾ ਅਤੇ ਗੱਡੀ ਭਰੀ ਸਾਡੀ ਅਤੇ ਇਹਨਾਂ ਨੇ ਗੱਡੀ ਪਿਛਾ ਮੁੜਾ ਤੀ ਅੱਛਾ ਗੱਡੀ ਸਾਡੀ ਜਦੋਂ ਫੇਰ ਗਈ ਮੋਗੇ ਮੋਗੇ ਜਾ ਕੇ ਗੱਡੀ ਜਦੋਂ ਰੋਕੀ ਤਾਂ ਸਟੇਸ਼ਨ 'ਤੇ ਲੱਥੇ ਕਿਸੇ ਨੇ ਕੱਖ ਨਾ ਚੱਕਿਆ ਉੱਥੋਂ ਫਿਰ ਟਰੱਕ ਭਰ ਕੇ ਲਿਆਏ ਉਹ ਡੋਗਰੇ ਗੋਰ ਕੇ ਟਰੱਕ ਭਰ ਕੇ ਲਿਆ ਕੇ ਨਾ ਐਡਾ ਲਾ ਤਾ ਥੜਾ ਉਹ ਆਖਣ ਲੱਗੇ ਜਿਸ ਦੀ ਗੱਡੀ ਜਿਹੜੀ ਗੰਢੜੀ ਜਾਂ ਕੋਈ ਹੋਵੇ ਨਾ ਉਹ ਚੱਕੋ ਜੇ ਕਿਸੇ ਨੇ ਆਖਿਆ ਨਾ ਵੀ ਇਹ ਮੇਰੀ ਹੈ ਉਹਦੇ ਅਸੀਂ ਇਹ ਫਾਇਰ ਮਾਰ ਦੇਣਾ ਹੈਂ ਉਹ ਆਪੋ ਆਪਣੀਆਂ ਗੰਢੜੀਆਂ ਚੱਕ ਲਈਆਂ ਉੱਥੋਂ ਫਿਰ ਸਾਨੂੰ ਗੱਡੀ ਖੁੱਲ੍ਹੀ 'ਚ ਪਾਇਆ ਵੀ ਆਹ 3 ਗੱਡੀਆਂ ਰੋੜ ਦਿਆਂਗੇ ਜੇ ਇਹਨਾਂ ਨੂੰ ਗੰਦਾ ਸਿਆਲੇ ਹੈਡ ਤੋਂ ਟੱਪੇ ਹੈਡ ਤੋਂ ਅਸੀਂ ਇੱਥੇ ਆ ਕੇ ਬੂਰੇ ਬੂਰੇ ਆ ਗਏ ਬੂਰੇ